ਤਖਸ਼ੀਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਜੇਂਦਰ ਸਿੰਘ ਦੇ ਬਾਬਤ ਇੱਕ ਬਿਆਨ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਗਜੇਂਦਰ ਸਿੰਘ ਦੀ ਤੁਲਨਾ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਵੀ ਕੀਤੀ ਹੈ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਮੰਗ ਕੀਤੀ ਹੈ ਕਿ ਗਜੇਂਦਰ ਸਿੰਘ ਹੋਰਾਂ ਦੀ ਜਿਹੜੀ ਫੋਟੋ ਆ ਉਹ ਸਿੱਖ ਅਜਾਇਬ ਘਰ ਦੇ ਵਿੱਚ ਸਥਾਪਿਤ ਕਰ ਦਿੱਤੀ ਜਾਵੇ ਹੁਣ ਗਜੇਂਦਰ ਸਿੰਘ ਕੌਣ ਹੈ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਰ オーਵਰਿੰਦ ਸਿੰਘ ਬੈਨੀਪਾਲ ਤੇ ਤੁਸੀਂ ਦੇਖ ਰਹੇ ਹੋ ਔਨ 에ਅਰ ਅੱਜ ਗੱਲ ਗਜੇਂਦਰ ਸਿੰਘ ਦੀ ਕਰਾਂਗੇ ਤੇ ਜਾਣਾਂਗੇ ਕਿ ਕੌਣ ਹੈ ਗਜੇਂਦਰ ਸਿੰਘ ਤਾਂ ਅੱਜ ਤੁਹਾਨੂੰ ਗਜੇਂਦਰ ਸਿੰਘ ਦੇ ਬਾਰੇ ਦੱਸਦੇ ਆ ਕਿ ਆਖਿਰਕਾਰ ਸਿੰਘ ਸਾਹਿਬ ਦੇ ਬਿਆਨ ਤੋਂ ਬਾਅਦ ਕਈ ਸਵਾਲ ਨੇ ਜਿਹੜੇ ਉਹ ਕਿਉਂ ਚੁੱਕੇ ਜਾ ਰਹੇ ਨੇ ਤੇ ਕਿਉਂ ਜ਼ਰੂਰੀ ਹੋ ਜਾਂਦਾ ਸਿੱਖ ਧਰਮ ਦੇ ਲਈ ਜਾਂ ਸਿੱਖ ਕੌਮ ਦੇ ਲਈ ਗਜਿੰਦਰ ਸਿੰਘ ਤੇ ਉਹਨਾਂ ਦੀ ਸਾਥੀਆਂ ਦੀ ਫੋਟੋ ਸਿੱਖ ਅਜਾਇਬ ਘਰ ਦੇ ਵਿੱਚ ਸਥਾਪਿਤ ਕੀਤੀ ਜਾਵੇ ਤਾਂ ਦੱਸ ਦਿੰਦੇ ਆ ਕਿ ਗਜਿੰਦਰ ਸਿੰਘ ਹੋਰ ਕੋਈ ਨਹੀਂ ਬਲਕਿ ਉਹ ਸਿੱਖ ਵਿਅਕਤੀ ਸੀ ਜਿਸ ਨੇ ਕੀ ਸਾਲ 1981 ਦੇ ਵਿੱਚ 에ਅਰ ਇੰਡੀਆ ਦਾ ਪਲੇਨ ਹਾਈਜੈਕ ਕੀਤਾ ਸੀ ਹੁਣ ਇਸ ਦੇ ਪਿੱਛੇ 1981 29 ਸਪਟੰਬਰ ਦੀ ਉਹ ਪੂਰੀ ਘਟਨਾ ਅਸੀਂ ਕਹਾਣੀ ਦੇ ਰੂਪ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਆਂ ਦਰਅਸਲ ਹੋਇਆ ਕਿ ਕਿ 29 ਸਤੰਬਰ 1981 ਨੂੰ 에어 ਇੰਡੀਆ ਦਾ ਇੱਕ ਪਲੇਨ ਦਿੱਲੀ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਦੇ ਲਈ ਉਡਾਨ ਭਰਦਾ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਜਦੋਂ ਇਹ 에어 ਇੰਡੀਆ ਦਾ ਪਲੇਨ ਤਾ ਇਸ ਦੇ ਵਿੱਚ ਗਜੇਂਦਰ ਸਿੰਘ ਤੇ ਉਹਨਾਂ ਦੇ ਚਾਰ ਹੋਰ ਸਾਥੀ ਵੀ ਸਵਾਰ ਹੋਏ ਇਹਨਾਂ ਪੰਜਾਂ ਨੇ ਮਿਲ ਕੇ 에ਅਰ ਇੰਡੀਆ ਦੇ ਇਸ ਪਲੇਨ ਨੂੰ ਹਾਈਜੈਕ ਕੀਤਾ ਤੇ ਪਲੇਨ ਨੂੰ ਸਿੱਧਾ ਲਾਹੌਰ ਜਾ ਕੇ ਲੈਂਡ ਕਰਵਾ ਲਿਆ ਪਲੇਨ ਨੂੰ ਲੈਂਡ ਕਰਨ ਤੋਂ ਪਹਿਲਾਂ ਪਲੇਨ ਦੇ ਪਾਇਲਟ ਦੇ ਵੱਲੋਂ ਲਾਹੌਰ 에ਅਰਪੋਰਟ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਆਪਣੀ ਸਿਚੁਏਸ਼ਨ ਦੱਸੀ ਗਈ ਜਿਸ ਤੋਂ ਬਾਅਦ ਲਾਹੌਰ 에ਅਰਪੋਰਟ ਤੇ ਇਸ ਪਲੇਨ ਨੂੰ ਉਤਰਨ ਦੀ ਆਗਿਆ ਦੇ ਦਿੱਤੀ ਗਈ ਤੇ ਆਖਿਰਕਾਰ ਪਲੇਨ ਸੁਖ ਸ਼ਾਂਤੀ ਦੇ ਨਾਲ ਲਾਹੌਰ ਦੇ 에어ਪੋਰਟ ਦੀ ਪੱਟੀ ਤੇ ਆ ਉਤਰਿਆ ਇਸ ਤੋਂ ਬਾਅਦ ਭਾਰਤ ਸਰਕਾਰ ਪਾਕਿਸਤਾਨ ਦੀ ਸਰਕਾਰ ਦੇ ਨਾਲ ਕੰਟੈਕਟ ਕਰਦੀ ਆ ਤਾਂ ਭਾਰਤ ਸਰਕਾਰ ਦੇ ਅੱਗੇ ਇਹਨਾਂ ਪੰਜਾਂ ਦੇ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਜਾਂਦੀਆਂ ਨੇ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਆਖਿਰਕਾਰ ਇਹਨਾਂ ਪੰਜ ਸਿੱਖ ਨੌਜਵਾਨਾਂ ਨੇ 에어 ਇੰਡੀਆ ਦਾ ਪਲੇਨ ਹਾਈਜੈਕ ਕਿਉਂ ਤੇ ਕਿਵੇਂ ਕੀਤਾ ਪਹਿਲਾਂ ਕਿਵੇਂ ਦਾ ਦੱਸਦੇ ਆ ਕਿ ਆਖਿਰਕਾਰ ਪੰਜ ਨਿਹੱਥੇ ਸਿੰਘਾਂ ਨੇ ਇੱਕ 에어 ਇੰਡੀਆ ਦਾ ਪਲੇਨ ਕਿਵੇਂ ਹਾਈਜੈਕ ਕਰ ਲਿਆ ਦਰਅਸਲ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਈਸਾਈ ਇਸ ਪਲੇਨ ਦੇ ਵਿੱਚ ਚੜੇ ਸੀ ਤੇ ਪਲੇਨ ਜਦੋਂ ਹਵਾ ਦੇ ਵਿੱਚ ਸੀ ਤਾਂ ਉਸ ਵੇਲੇ ਜਿਵੇਂ ਨਾ ਕਿਵੇਂ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਪਾਇਲਟ ਦੇ ਕਾਕਪਿਟ ਤੱਕ ਪਹੁੰਚ ਗਿਆ ਤੇ ਉਸ ਦੀ ਗਰਦਨ ਤੇ ਕਿਹਾ ਜਾ ਰਿਹਾ ਕਿ ਕਿਰਪਾਨ ਵਰਗੀ ਕੋਈ ਤਿੱਖੀ ਚੀਜ਼ ਰੱਖ ਦਿੱਤੀ ਗਈ ਤੇ ਉਸ ਤੋਂ ਬਾਅਦ ਫਿਰ ਅਨਾਉਂਸਮੈਂਟ ਕੀਤੀ ਗਈ ਕਿ ਇਹ ਪਲੇਨ ਹਾਈਜੈਕ ਕੀਤਾ ਗਿਆ ਇਸੇ ਤੋਂ ਬਾਅਦ ਇਸ ਪਲੇਨ ਨੂੰ ਲਾਹੌਰ ਜਾ ਕੇ ਉਤਾਰ ਲਿਆ ਗਿਆ ਪਰ ਇਸ ਦੀ ਵੀ ਇੱਕ ਹੋਰ ਵੱਖਰੀ ਗੱਲ ਇਹ ਮਿਲਦੀ ਹੈ ਕਿ ਬਾਅਦ ਦੇ ਵਿੱਚ ਜਦੋਂ ਸਾਰੇ ਬੰਦੀ ਰਹਾ ਕਰ ਦਿੱਤੇ ਗਏ ਸੀ ਤਾਂ ਉਸ ਵੇਲੇ ਯਾਤਰੀਆਂ ਨੇ ਇਹਨਾਂ ਸਾਰੇ ਹੀ ਹਾਈਜੈਕਰਾਂ ਦੀ ਰੱਜ ਕੇ ਸ਼ਲਾੰਘਾ ਤੇ ਤਾਰੀਫ਼ ਕੀਤੀ ਸੀ ਸਾਰੇ ਯਾਤਰੀਆਂ ਨੇ ਕਿਹਾ ਕਿ ਸਾਨੂੰ ਤਾਂ ਇਹ ਹਾਈਜੈਕਰ ਲੱਗੇ ਹੀ ਨਹੀਂ ਇਹਨਾਂ ਨੇ ਸਾਡੇ ਖਾਣ ਪੀਣ ਤੋਂ ਲੈ ਕੇ ਹਰ ਇੱਕ ਸਹੂਲਤ ਦਾ ਧਿਆਨ ਪਲੇਨ ਦੇ ਵਿੱਚ ਰੱਖਿਆ ਪਰ ਦੂਸਰੇ ਪਾਸੇ ਕਿਉਂਕਿ 에ਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਦਾ ਮਾਮਲਾ ਸੀ ਇਸ ਕਰਕੇ ਮੈਟਰ ਗੰਭੀਰ ਸੀ ਹਾਈਜੈਕਰਸ ਨੇ ਇਹ ਪਲੇਨ ਹਾਈਜੈਕ ਕੀਤਾ ਬਟ ਦਾ ਹਾਈਜੈਕਰਸ ਵੇਰ ਵੈਰੀ ਸਵੀਟ ਐਂਡ ਦੇ ਵੇਰ ਵੈਰੀ ਮਾਈਲਡ and they treated us very nicely and gave us all the comforts sab unhone humko suhooliyat di hun is to ilawa jadon lahore di patri te eh plane khada si ta inna hi singha de vallon kuj grenade numa cheez dikha ke eh akha gaya ki unna de kol grenade ne te je kar unna ne chahya ta oh plane nu uda vi sakde ne hun is de vich sab to wadda sawal eh aunda ki inna de vallon ਜੋ ਹੱਥ ਦੇ ਵਿੱਚ ਗਰਨੇਡ ਫੜੇ ਗਏ ਸੀ ਉਹ ਅਸਲ ਦੇ ਵਿੱਚ ਗਰਨੇਡ ਨਹੀਂ ਸੀ ਬਲਕਿ ਸੰਤਰੇ ਸੀ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕਵਰ ਕਰਕੇ ਉਸ ਨੂੰ ਇੱਕ ਗਰਨੇਡ ਦੀ ਸ਼ਕਲ ਦੇ ਰੱਖੀ ਸੀ ਇਸ ਤੋਂ ਬਾਅਦ ਜਦੋਂ ਭਾਰਤ ਸਰਕਾਰ ਦੇ ਨਾਲ ਇਹਨਾਂ ਸਿੱਖਾਈ ਜੈਕਰਾਂ ਦੀ ਗੱਲ ਹੁੰਦੀ ਆ ਤਾਂ ਇਹ ਸਭ ਤੋਂ ਵੱਡੀ ਤੇ ਪਹਿਲੀ ਮੰਗ ਇਹੀ ਰੱਖਦੇ ਨੇ ਕਿ ਸੱਤ ਜਰਨੈਲ ਸਿੰਘ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਥੋੜੇ ਦਿਨ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਦੱਸਿਆ ਵੀ ਜਾ ਰਿਹਾ ਕਿ 5 ਲੱਖ ਯੂ ਐਸ ਡਾਲਰ ਦੀ ਮੰਗ ਵੀ ਕੀਤੀ ਗਈ ਸੀ ਪਰ ਇਸ ਤੋਂ ਪਹਿਲਾਂ ਕਿ ਇਹ ਮੰਗਾਂ ਪੂਰੀਆਂ ਹੁੰਦੀਆਂ ਪਾਕਿਸਤਾਨ ਆਪਣੀ ਮਿਲਟਰੀ ਦੇ ਵਿੱਚੋਂ ਕੁਝ ਜਵਾਨ 에ਰਪੋਰਟ ਦੇ ਸਟਾਫ ਬਣਾ ਕੇ ਇਸ ਪਲੇਨ ਦੇ ਵਿੱਚ ਜਾ ਚੜਦਾ ਤੇ ਉਦੋਂ ਪਤਾ ਲੱਗਦਾ ਕਿ ਜਿਹੜੇ ਇਹਨਾਂ ਦੇ ਹੱਥਾਂ ਦੇ ਵਿੱਚ ਜੋ ਗਰਨੇਡ ਫੜੇ ਹੋਏ ਨੇ ਉਹ ਦਰਅਸਲ ਗਰਨੇਡ ਨਹੀਂ ਬਲਕਿ ਸੰਤਰੇ ਨੇ ਸੋ ਇਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਅਸਲ ਦੇ ਵਿੱਚ ਹਾਈਜੈਕਰਾਂ ਦੇ ਕੋਲ ਕੋਈ ਬੰਦੂਕ ਜਾਂ ਕੋਈ ਗਰਨੇਡ ਵਰਗਾ ਹਥਿਆਰ ਹੈ ਹੀ ਨਹੀਂ ਹੈ ਅਤੇ ਫਿਰ ਸਾਰੇ ਹੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਇਸ ਪਲੇਨ ਦੇ ਵਿੱਚ ਕੁੱਲ 111 ਯਾਤਰੀ ਸਵਾਰ ਸਨ ਤੇ ਨਾਲ ਹੀ 6 ਕਰੂ ਮੈਂਬਰ ਵੀ ਸੀ ਤੇ ਸਾਰਿਆਂ ਨੂੰ ਸੁਰੱਖਿਅਤ ਲਾਹੌਰ ਦੇ 에어ਪੋਰਟ ਤੇ ਹੀ ਉਤਾਰ ਲਿਆ ਗਿਆ ਸੀ ਤੇ ਇਹਨਾਂ ਪੰਜਾਂ ਸਿੰਘਾਂ ਨੂੰ ਜਿਦੇ ਵਿੱਚ ਇੱਕ ਗਜੇਂਦਰ ਸਿੰਘ ਵੀ ਸੀ ਇਹਨਾਂ ਨੂੰ ਪਾਕਿਸਤਾਨ ਪੁਲਿਸ ਹੀ ਗ੍ਰਿਫਤਾਰ ਕਰ ਲੈਂਦੀ ਉਸ ਤੋਂ ਬਾਅਦ ਭਾਰਤ ਸਰਕਾਰ ਪਾਕਿਸਤਾਨ ਤੇ ਜ਼ੋਰ ਪਾਉਂਦੀ ਹੈ ਕਿ ਇਹਨਾਂ ਪੰਜਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ ਪਰ ਪਾਕਿਸਤਾਨ ਨੇ ਭਾਰਤ ਸਰਕਾਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਪਾਕਿਸਤਾਨ ਦੇ ਵਿੱਚ ਇਹਨਾਂ ਪੰਜਾਂ ਦੇ ਖਿਲਾਫ ਕੇਸ ਚੱਲਿਆ ਤੇ ਪੰਜਾਂ ਨੂੰ 14-14 ਸਾਲ ਦੀ ਕੈਦ ਕੀਤੀ ਗਈ 14 ਸਾਲ ਦੀ ਕੈਦ ਪੂਤਣ ਤੋਂ ਬਾਅਦ ਗਜੇਂਦਰ ਸਿੰਘ ਪਾਕਿਸਤਾਨ ਦੀ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਫਿਰ ਤੋਂ ਭਾਰਤ ਨੇ ਮੰਗ ਕੀਤੀ ਕਿ ਗਜੇਂਦਰ ਸਿੰਘ ਨੂੰ ਇੰਡੀਆ ਰਿਪੋਰਟ ਕਰ ਦਿੱਤਾ ਜਾਵੇ ਪਰ ਪਾਕਿਸਤਾਨ ਸਰਕਾਰ ਨੇ ਗਜੇਂਦਰ ਸਿੰਘ ਨੂੰ ਇੰਡੀਆ ਰਿਪੋਰਟ ਤਾਂ ਨਹੀਂ ਕੀਤਾ ਪਰ ਇਹ ਸ਼ਰਤ ਰੱਖੀ ਕਿ 3 ਮਹੀਨੇ ਦੇ ਅੰਦਰ-ਅੰਦਰ ਗਜੇਂਦਰ ਸਿੰਘ ਨੂੰ ਪਾਕਿਸਤਾਨ ਛੱਡਣਾ ਪਵੇਗਾ। ਇਹੀ ਸ਼ਰਤ ਬਾਕੀ ਦੇ 4 ਸਿੱਖਾਂ ਦੇ ਲਈ ਵੀ ਸੀ ਕਿਉਂਕਿ ਉਹ ਵੀ ਹੁਣ ਤੱਕ ਰਿਹਾ ਹੋ ਚੁੱਕੇ ਸੀ। ਇਸ ਤੋਂ ਬਾਅਦ ਗਜੇਂਦਰ ਸਿੰਘ ਪਾਕਿਸਤਾਨ ਤੋਂ ਜਰਮਨੀ ਪਹੁੰਚਦੇ ਨੇ ਪਰ ਜਰਮਨੀ ਦੇ ਵਿੱਚ ਭਾਰਤ ਸਰਕਾਰ ਨੂੰ ਇਸ ਦਾ ਪਤਾ ਲੱਗਦਾ ਤੇ ਭਾਰਤ ਸਰਕਾਰ ਦੇ ਦਖਲ ਦੇਣ ਤੋਂ ਬਾਅਦ ਜਰਮਨੀ ਦੀ ਸਰਕਾਰ ਗਜੇਂਦਰ ਸਿੰਘ ਨੂੰ ਆਪਣੇ ਦੇਸ਼ ਦੇ ਵਿੱਚ ਦਾਖਲਾ ਨਹੀਂ ਦਿੰਦੀ ਤੇ ਫਿਰ ਇਸ ਤੋਂ ਬਾਅਦ ਗਜੇਂਦਰ ਸਿੰਘ ਉੱਥੇ ਹੀ ਵਾਪਸ ਪਰਤੇ ਜਿੱਥੋਂ ਗਏ ਸੀ ਯਾਨੀ ਕਿ ਪਾਕਿਸਤਾਨ ਵਾਪਸ ਪਰਤੇ ਪਰ ਇਸ ਦਰਮਿਆਨ ਉਹ ਕਿੱਥੇ ਰਹੇ ਕਿੱਥੇ ਰਹਿੰਦੇ ਰਹੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ 2021 ਆਉਂਦੇ-ਆਉਂਦੇ ਪਤਾ ਚੱਲਦਾ ਕਿ ਗਜੇਂਦਰ ਸਿੰਘ ਪਾਕਿਸਤਾਨ ਦੇ ਵਿੱਚ ਹੀ ਰਹਿ ਰਹੇ ਨੇ ਇਹ ਵੀ ਦੱਸ ਦਿੰਦੇ ਆ ਕਿ ਹਾਲੇ ਥੋੜੇ ਦਿਨ ਹੋਏ ਨੇ ਕਰੀਬ ਹਫਤਾ ਪਹਿਲਾਂ ਪਾਕਿਸਤਾਨ ਦੇ ਵਿੱਚ ਰਹਿ ਰਹੇ ਗਜਿੰਦਰ ਸਿੰਘ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਤੁਸੀਂ ਜਾਣਨਾ ਚਾਹੋਗੇ ਕਿ ਬਾਕੀ ਦੇ ਚਾਰ ਸਿੱਖ ਹਾਈਜੈਕਰਾਂ ਦਾ ਕੀ ਬਣਿਆ ਤਾਂ ਉਹ ਵੀ ਤੁਹਾਨੂੰ ਦੱਸ ਚੱਲਦੇ ਆ ਇਹਨਾਂ ਦੇ ਵਿੱਚੋਂ ਸਤਨਾਮ ਸਿੰਘ ਪਾਕਿਸਤਾਨ ਤੋਂ ਨਿਕਲ ਕੇ ਯੂਐਸਏ ਪਹੁੰਚਦੇ ਨੇ ਪਰ ਯੂਐਸਏ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਸਤਨਾਮ ਸਿੰਘ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹਨਾਂ ਹੀ ਜਵਾਨਾਂ ਦੇ ਵਿੱਚ ਸ਼ਾਮਿਲ ਤਜਿੰਦਰ ਸਿੰਘ ਕੈਨੇਡਾ ਪਹੁੰਚੇ ਪਰ ਕੈਨੇਡਾ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਹੀ ਹੁੰਦਾ ਤੇ ਉਹਨਾਂ ਨੂੰ ਵੀ ਥੋੜੀ ਸਜ਼ਾ ਤੇ ਜੇਲ੍ਹ ਕੱਟਣ ਤੋਂ ਬਾਅਦ ਕੈਨੇਡਾ ਦੀ ਸਰਕਾਰ ਵਾਪਸ ਭਾਰਤ ਭੇਜ ਦਿੰਦੀ ਹੈ ਜਦੋਂ ਕਿ ਪਿੱਛੇ ਬੱਚੇ ਕਰਨ ਸਿੰਘ ਤੇ ਜਸਵੀਰ ਸਿੰਘ ਦੋਵੇਂ ਸਵਿਟਜ਼ਰਲੈਂਡ ਜਾਂਦੇ ਨੇ ਸਵਿਟਜ਼ਰਲੈਂਡ ਜਾਂਦੇ ਨੇ ਤੇ ਉੱਥੇ ਅਸਾਈਲਮ ਦਾ ਕੇਸ ਪਾਉਂਦੇ ਨੇ ਤੇ ਕਈ ਸਾਲਾਂ ਦੀ ਜਦੋਜਹਿਦ ਤੋਂ ਬਾਅਦ ਉਹਨਾਂ ਨੂੰ ਅਸਾਈਲਮ ਦੇ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਉਹ ਆਪਣਾ ਪਰਿਵਾਰ ਉੱਥੇ ਸ਼ੁਰੂ ਕਰਦੇ ਨੇ ਤੇ ਉਸ ਤੋਂ ਬਾਅਦ ਇੱਕ ਵਾਰ ਸੀ ਕਿ ਜਦੋਂ ਦੋਨੋਂ ਭਾਰਤ ਪਹੁੰਚੇ ਤਾਂ ਭਾਰਤ ਦੇ ਵਿੱਚ ਪਹੁੰਚਣ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਦੀ ਅਦਾਲਤ ਦੇ ਵਿੱਚ ਇਹਨਾਂ ਦੇ ਖਿਲਾਫ ਮੁਕੱਦਮਾ ਵੀ ਚੱਲਿਆ ਪਰ ਇਹਨਾਂ ਦੇ ਵਕੀਲ ਨੇ ਇਹ ਤਰਕ ਦਿੱਤਾ ਕਿ ਦੋਨਾਂ ਨੇ ਇਸ ਹਾਈਜੈਕ ਮਾਮਲੇ ਦੇ ਸਬੰਧ ਦੇ ਵਿੱਚ 14 ਸਾਲ ਪਾਕਿਸਤਾਨ ਦੇ ਵਿੱਚ ਜੇਲ੍ਹ ਕੱਟ ਚੁੱਕੀ ਹੈ ਤਾਂ ਉਸ ਅਦਾਲਤ ਦੇ ਵਿੱਚ ਦੋਨਾਂ ਦੇ ਵਕੀਲ ਨੇ ਇਹ ਤਰਕ ਪੇਸ਼ ਕੀਤਾ ਕਿ ਦੋਨਾਂ ਨੇ ਆਪਣੇ ਇਸ ਜ਼ੁਰਮ ਦੇ ਖਿਲਾਫ ਪਾਕਿਸਤਾਨ ਦੇ ਵਿੱਚ 14 ਸਾਲ ਦੀ ਸਜ਼ਾ ਪੂਰੀ ਕੀਤੀ ਹੈ ਤੇ ਇੱਕ ਮਾਮਲੇ ਦੇ ਵਿੱਚ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਉਸ ਤੋਂ ਬਾਅਦ ਮਾਮਲਾ ਕਾਫੀ ਦੇਰ ਅਦਾਲਤ ਦੇ ਵਿੱਚ ਰਿਹਾ ਤੇ ਆਖਿਰਕਾਰ ਕਰਨ ਸਿੰਘ ਤੇ ਜਸਵੀਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਅਖੀਰ ਦੇ ਵਿੱਚ ਗੱਲ ਇੱਥੇ ਨਿਬੜਦੀ ਹੈ ਕਿ ਇਹਨਾਂ ਪੰਜ ਸਿੱਖ ਹਾਈਜੈਕਰਾਂ ਦਾ ਮਕਸਦ 에ਅਰ ਇੰਡੀਆ ਦੇ ਜਹਾਜ਼ ਨੂੰ ਜਾਂ ਫਿਰ ਕਰੂ ਨੂੰ ਜਾਂ ਫਿਰ ਉਸ ਤੇ ਵਿੱਚ ਸਵਾਰ ਹੋਏ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾਉਣਾ ਨਹੀਂ ਸੀ ਬਲਕਿ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਉਦੋਂ ਦੀ ਤਤਕਾਲੀ ਸਰਕਾਰ ਤੱਕ ਇਹ ਮੰਗ ਪਹੁੰਚਾਉਣਾ ਸੀ ਕਿ ਉਹ ਚਾਹੁੰਦੇ ਨੇ ਕਿ ਸੰਤ ਜਰਨੈਲ ਸਿੰਘ ਨੂੰ ਰਿਹਾ ਕਰ ਦਿੱਤਾ ਜਾਵੇ ਇਹੋ ਕਾਰਨ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਗਜੇਂਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਤੁਲਨਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਕੀਤੀ ਗਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਨਾਲ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਸੈਂਬਲੀ ਹਾਲ ਦੇ ਵਿੱਚ ਬੰਬ ਖਾਲੀ ਥਾਂ ਤੇ ਸੁੱਟ ਕੇ ਸਿਰਫ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਠੀਕ ਉਸੇ ਤਰ੍ਹਾਂ ਗਜੇਂਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਵੀ ਉਦੋਂ ਦੀ ਤਤਕਾਲੀ ਭਾਰਤ ਸਰਕਾਰ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਜਿਸ ਦੇ ਵਿੱਚ ਕਿਸੇ ਵੀ ਭਾਰਤੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ। ਸੋ ਇਹ ਸੀ ਗਜੈਂਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਕਹਾਣੀ ਤੁਸੀਂ ਕੀ ਸਮਝਦੇ ਹੋ ਕਿ ਗਜੈਂਦਰ ਸਿੰਘ ਦੇ ਨਾਲ ਉਹਨਾਂ ਦੇ ਸਾਥੀਆਂ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ? ਇਸ ਬਾਰੇ ਤੁਹਾਡੇ ਵਿਚਾਰ ਕੀ ਨੇ? ਕਮੈਂਟਾਂ ਦੇ ਰੂਪ ਦੇ ਵਿੱਚ ਜ਼ਰੂਰ ਪਹੁੰਚਦੇ ਕਰਿਓ। ਫਿਲਹਾਲ ਦੇ ਲਈ ਐਨਆਈ ਧੰਨਵਾਦ ਪਲੇਨ ਨੂੰ ਲੈਂਡ ਕਰਨ ਤੋਂ ਪਹਿਲਾਂ ਪਲੇਨ ਦੇ ਪਾਇਲਟ ਦੇ ਵੱਲੋਂ ਲਾਹੌਰ 에ਅਰਪੋਰਟ ਦੇ ਨਾਲ رابطہ ਕਾਇਮ ਕੀਤਾ ਗਿਆ ਤੇ ਆਪਣੀ ਸਿਚੁਏਸ਼ਨ ਦੱਸੀ ਗਈ ਜਿਸ ਤੋਂ ਬਾਅਦ ਲਾਹੌਰ 에ਅਰਪੋਰਟ ਤੇ ਇਸ ਪਲੇਨ ਨੂੰ ਉਤਰਨ ਦੀ ਆਗਿਆ ਦੇ ਦਿੱਤੀ ਗਈ ਤੇ ਆਖਿਰਕਾਰ ਪਲੇਨ ਸੁਖ ਸ਼ਾਂਤੀ ਦੇ ਨਾਲ ਲਾਹੌਰ ਦੇ 에ਅਰਪੋਰਟ ਦੀ ਪੱਟੀ ਤੇ ਆ ਉਤਰਿਆ ਇਸ ਤੋਂ ਬਾਅਦ ਭਾਰਤ ਸਰਕਾਰ ਪਾਕਿਸਤਾਨ ਦੀ ਸਰਕਾਰ ਦੇ ਨਾਲ ਕੰਟੈਕਟ ਕਰਦੀ ਆ ਤਾਂ ਭਾਰਤ ਸਰਕਾਰ ਦੇ ਅੱਗੇ ਇਹਨਾਂ ਪੰਜਾਂ ਦੇ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਜਾਂਦੀਆਂ ਨੇ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਆਖਿਰਕਾਰ ਇਹਨਾਂ ਪੰਜ ਸਿੱਖ ਨੌਜਵਾਨਾਂ ਨੇ 에ਅਰ ਇੰਡੀਆ ਦਾ ਪਲੇਨ ਹਾਈਜੈਕ ਕਿਉਂ ਤੇ ਕਿਵੇਂ ਕੀਤਾ ਪਹਿਲਾਂ ਕਿਵੇਂ ਦਾ ਦੱਸਦੇ ਹਾਂ ਕਿ ਆਖਿਰਕਾਰ ਪੰਜ ਨਿਹੱਥੇ ਸਿੰਘਾਂ ਨੇ ਇੱਕ 에ਅਰ ਇੰਡੀਆ ਦਾ ਪਲੇਨ ਕਿਵੇਂ ਹਾਈਜੈਕ ਕਰ ਲਿਆ ਦਰਅਸਲ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਏਸਾਈ ਇਸ ਪਲੇਨ ਦੇ ਵਿੱਚ ਚੜੇ ਸੀ ਤੇ ਪਲੇਨ ਜਦੋਂ ਹਵਾ ਦੇ ਵਿੱਚ ਸੀ ਤਾਂ ਉਸ ਵੇਲੇ ਜਿਵੇਂ ਨਾ ਕਿਵੇਂ ਇਨਾ ਪੰਜਾਂ ਦੇ ਵਿੱਚੋਂ ਇੱਕ ਪਾਇਲਟ ਦੇ ਕਾਕਪਿਟ ਤੱਕ ਪਹੁੰਚ ਗਿਆ ਤੇ ਉਸ ਦੀ ਗਰਦਨ ਤੇ ਕਿਹਾ ਜਾ ਰਿਹਾ ਕਿ ਕਿਰਪਾਨ ਵਰਗੀ ਕੋਈ ਤਿੱਖੀ ਚੀਜ਼ ਰੱਖ ਦਿੱਤੀ ਗਈ ਤੇ ਜਿਸ ਤੋਂ ਬਾਅਦ ਫਿਰ ਅਨਾਉਂਸਮੈਂਟ ਕੀਤੀ ਗਈ ਕਿ ਇਹ ਪਲੇਨ ਹਾਈਜੈਕ ਕੀਤਾ ਗਿਆ ਇਸੇ ਤੋਂ ਬਾਅਦ ਇਸ ਪਲੇਨ ਨੂੰ ਲਾਹੌਰ ਜਾ ਕੇ ਉਤਾਰ ਲਿਆ ਗਿਆ ਪਰ ਇਸ ਦੀ ਵੀ ਇੱਕ ਹੋਰ